ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ, ਆਵਾਜ਼ ਤੁਹਾਡੀ ਕਲਮ ਸਾਡੀ। ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਦੇ ਚਲਦੇ ਭਾਰਤ ਸਰਕਾਰ ਨੇ 15 ਅਪ੍ਰੈਲ ਤੱਕ ਵਿਦੇਸ਼ੀਆਂ ਨੂੰ ਭਾਰਤ ਆਉਣ 'ਤੇ ਰੋਕ ਲਗਾ ਦਿੱਤੀ ਹੈ, ਜਿਸ ਨਾਲ ਦੇਸ਼ ਦੀ ਸਟੱਡੀ ਵੀਜ਼ਾ ਇੰਡਸਟਰੀ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਪੰਜਾਬ ਦੇ ਦੁਆਬਾ ਖੇਤਰ ਵਿੱਚ ਪੈਂਦੇ ਜਲੰਧਰ ਵਿੱਚ ਇਸ ਦਾ ਅਸਰ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਹੈ। ਜੇਕਰ ਸਟੱਡੀ ਵੀਜ਼ਾ ਐਕਸਪਰਟ ਅਤੇ ESS ਗਲੋਬਲ ਦੇ ਗੁਰਿੰਦਰ ਪੱਟੀ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੇ ਇਹੀ ਹਾਲਾਤ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਹਾਲਾਤ ਬਦਤੋਂ ਬਦਤਰ ਹੋ ਸਕਦੇ ਨੇ। ਹਜੇ ਤੱਕ ਕੋਈ ਨੁਕਸਾਨ ਨਹੀਂ ਹੋਇਆ, ਬਟ ਇਹ ਜਿਹੜਾ ਮੇਜਰ ਜਿਹੜਾ ਇਹਦਾ ਨਾ ਚੀਜ਼ ਸਾਹਮਣੇ ਆਏਗੀ ਫਿਊਚਰ ਦੇ ਵਿੱਚ ਹੋਏਗੀ। ਦੈਟ ਮੀਨਸ ਕੋਈ ਵੀ ਜਿਹੜੀ ਫੋਰਨ ਦੀ ਡੈਲੀਗੇਸ਼ਨ ਹੈ, ਸਾਡੇ ਸੈਮੀਨਾਰਸ ਅਰੇਂਜ ਹੈਗੇ ਆ। ਮਾਰਚ ਦੇ ਵਿੱਚ ਸਾਡਾ ਸੈਮੀਨਾਰ ਹੈਗਾ ਵਾ, 15 ਮਾਰਚ ਤੋਂ ਸ਼ੁਰੂ ਹੋ ਰਿਹਾ। ਅਪ੍ਰੈਲ, ਮਈ, ਜੂਨ, ਜੁਲਾਈ, 4-4, 6-6 ਮਹੀਨੇ ਪਹਿਲੇ ਪਲੈਨਿੰਗਸ ਹੁੰਦੀਆਂ, ਕਿਉਂਕਿ ਜਿਹੜੇ ਫੋਰਨ ਡੈਲੀਗੇਟਸ ਹੁੰਦੇ ਇੰਸਟੀਟਿਊਟ ਦੇ, ਉਹਨਾਂ ਦਾ ਇੱਦਾਂ ਨਹੀਂ ਹੁੰਦਾ ਕਿ ਉਹਨਾਂ ਨੂੰ ਅੱਜ ਫੋਨ ਕੀਤਾ ਅਤੇ ਉਹ ਸਵੇਰੇ ਆ ਗਏ। ਇਹਨਾਂ ਦੇ 6-6 ਮਹੀਨੇ ਦੀ ਆਈਟਨਰੀਜ਼ ਪਹਿਲੇ ਹੀ ਫਾਈਨਲ ਹੁੰਦੀ ਹੈ। ਸੋ ਸਭ ਤੋਂ ਵੱਡਾ ਅਸਰ ਸਾਡੀ ਇੰਡਸਟਰੀ ਨੂੰ ਇਸ ਚੀਜ਼ ਦਾ ਇਹ ਪੈਣਾ ਕਿ ਕੋਈ ਵੀ ਫੋਰਨ ਡੈਲੀਗੇਸ਼ਨ ਜਿਹੜਾ ਵਾ ਇੱਥੇ ਐਰਕੀ ਸੈਮੀਨਾਰ 'ਤੇ ਨਹੀਂ ਆ ਪਾਏਗਾ। ਐਰਕੀ ਐਡਵਾਈਸ ਸੈਮੀਨਾਰ 'ਤੇ ਸਟੂਡੈਂਟ ਨੂੰ ਉਹੀ ਦੇ ਪਾਣਗੇ ਜਿਹੜੇ ਆਪ ਡਾਇਰੈਕਟ ਯੂਨੀਵਰਸਿਟੀਜ਼ ਨਾਲ ਗੱਲਬਾਤ ਕਰਦੇ ਨੇ, ਜਾਂ ਡਾਇਰੈਕਟ ਉਹਨਾਂ ਦੇ ਕੰਟਰੈਕਟਸ ਨੇ, ਜਾਂ ਆਪ ਉੱਥੇ ਟਰੈਵਲ ਕਰਦੇ ਨੇ। ਸੋ ਉਹ ਇੱਕ ਸਭ ਤੋਂ ਵੱਡਾ ਧੱਕਾ ਹੈ। ਦੂਜਾ ਜਿਹੜੀ ਚੀਜ਼ ਹੈ, ਮੈਂ ਸਵੇਰੇ ਬੈਠ ਕੇ ਸੋਚਦਾ ਪਿਆ ਸੀ ਕਿ ਵੀ ਜਦੋਂ ਅੱਜ ਇੰਡੀਆ ਨੇ ਬੰਦ ਕਰਤਾ ਕਿ ਵੀ ਡਰ ਕਰਕੇ ਕਿ ਕਰੋਨਾ ਵਾਇਰਸ ਕਰਕੇ ਅਸੀਂ ਬਾਹਰੋਂ ਕੋਈ ਵੀ ਫੋਰਨ ਨੈਸ਼ਨਲ ਇੱਥੇ ਨਹੀਂ ਲੈ ਕੇ ਆਵਾਂਗੇ। ਜੇ ਕੱਲ੍ਹ ਨੂੰ ਇਹ ਸੋਚੋ ਆਸਟ੍ਰੇਲੀਆ, UK ਜਾਂ ਕੈਨੇਡਾ ਇਹ ਚੀਜ਼ ਦੀ ਅਨਾਊਂਸਮੈਂਟ ਕਰਦੇ ਜੀ ਸੋਰੀ, ਜਿੱਦਾਂ ਚਾਈਨਾ ਤੋਂ ਉਹਨਾਂ ਨੇ ਕਹਿਤਾ ਸਾਨੂੰ ਕੋਈ ਬੱਚਾ ਨਹੀਂ ਚਾਹੀਦਾ, ਜੇ ਉਹਨਾਂ ਨੇ ਕਹਿਤਾ ਇੰਡੀਆ ਤੋਂ ਸਾਨੂੰ ਹੁਣ ਕੋਈ ਬੱਚਾ ਨਹੀਂ ਚਾਹੀਦਾ, ਵੀ ਇਹ ਸੋਚੋ ਕਿ ਪੰਜਾਬ ਦੀ ਯੂਥ ਫਿਰ ਕਿੱਧਰ ਨੂੰ ਜਾਏਗੀ। ਬਹੁਤ ਜ਼ਿਆਦਾ ਜੀ ਮੈਂ ਦੱਸਦਾ ਕਿ ਅੱਜ ਆਸਟ੍ਰੇਲੀਆ, ਕੈਨੇਡਾ ਅਤੇ UK ਇਹ 3 ਮੁਲਕ ਇਹ ਕਹਿ ਦੇਣ ਕਿ ਜੀ ਇੰਡੀਆ ਤੋਂ ਸਾਨੂੰ ਕੋਈ ਸਟੂਡੈਂਟ ਨਹੀਂ ਚਾਹੀਦਾ। ਤੁਸੀਂ ਆਪਣੇ ਆਪ ਦੇਖ ਲਓ, ਇੱਥੇ ਹਾਹਾਕਾਰ ਮੱਚ ਜਾਏਗੀ, ਸਟੂਡੈਂਟ ਜਾਏਗਾ ਕਿੱਥੇ? ਕੋਈ ਵੀ ਆਪਸ਼ਨ ਨਹੀਂ ਬਚਦੀ। ਸਿੰਗਾਪੁਰ ਆਲਰੇਡੀ ਬਹੁਤ ਹਾਈਲੀ ਇਫੈਕਟਿਡ ਹੈ ਕਰੋਨਾ ਵਾਇਰਸ ਤੋਂ, ਅੱਜ ਪੇਰੈਂਟਸ ਬੱਚੇ ਨੂੰ ਸਿੰਗਾਪੁਰ ਭੇਜ ਕੇ ਰਾਜੀ ਨਹੀਂ ਹੈ, ਯੂਰਪੀਅਨ ਕੰਟਰੀਜ਼ ਭੇਜ ਕੇ ਰਾਜੀ ਨਹੀਂ ਹੈ, 3 ਕੰਟਰੀਜ਼ ਭੇਜ ਕੇ ਰਾਜੀ ਹੈ, UK ਦੇ ਵਿੱਚ, ਆਸਟ੍ਰੇਲੀਆ 'ਚ, ਕੈਨੇਡਾ 'ਚ। ਜਿੱਦਾਂ ਇੱਥੇ ਇਹਨਾਂ ਨੇ ਆਪਣਾ ਇੱਕ ਨੋਟਿਸ ਜਾਰੀ ਕਰਤਾ, ਜਿਸ ਦਿਨ ਉੱਥੇ ਨੋਟਿਸ ਜਾਰੀ ਹੋ ਜਾਏਗਾ, ਤੁਸੀਂ ਇਹ ਦੇਖੋ, ਇੰਟਰਨੈਸ਼ਨਲ ਐਜੂਕੇਸ਼ਨ ਇੱਕ ਚੀਜ਼ ਹੈ, ਕਿਸੇ ਵੀ ਵਰਲਡ ਦੀ ਇਕੋਨਮੀ ਦੀ ਗੱਲ ਜੇਕਰ ਕਰ ਲਈਏ, ਕਿਸੇ ਵੀ ਆਪਣਾ ਦੇਸ਼ ਦੀ, ਕਿਸੇ ਵੀ ਕੰਟਰੀ ਦੀ ਇਕੋਨਮੀ 3 ਚੀਜ਼ਾਂ 'ਤੇ ਟਿੱਕੀ ਹੋਈ ਹੈ, ਸਪੈਸ਼ਲੀ ਜਦੋਂ ਅਸੀਂ ਵੈਸਟਰਨ ਕੰਟਰੀ ਦੀ ਗੱਲ ਕਰਦੇ ਹਾਂ। ਪਹਿਲੀ ਆ ਜਾਂਦੀ ਹੈ ਇੰਟਰਨੈਸ਼ਨਲ ਐਜੂਕੇਸ਼ਨ, ਦੂਜੀ ਆ ਜਾਂਦੀ ਹੈ ਬਿਜ਼ਨਸ ਟੂਰਿਜ਼ਮ, ਕਿ ਵੀ ਸਾਡੇ ਵਰਗੇ ਬਿਜ਼ਨਸਮੈਨ ਉੱਥੇ ਜਾ ਕਰਕੇ ਜਿਹੜੇ ਬਿਜ਼ਨਸ ਕਰਦੇ ਆ। ਤੀਜਾ ਆ ਜਾਂਦਾ ਵਾ ਟੂਰਿਜ਼ਮ। ਸੋ ਇਹ 3 ਇੰਡਸਟਰੀਜ਼ ਦੇ ਉੱਤੇ ਇਸ ਚੀਜ਼ ਦਾ ਇਫੈਕਟ ਪਏਗਾ, ਜੇਕਰ ਇਹ 15 ਅਪ੍ਰੈਲ ਜਾਂ ਐਂਡ ਆਫ ਅਪ੍ਰੈਲ ਤੱਕ ਕਰੋਨਾ ਵਾਇਰਸ ਦੀ ਚੀਜ਼ ਆਪਣੇ ਕੰਟਰੋਲ ਦੇ ਵਿੱਚ ਨਹੀਂ ਆਉਂਦੀ ਹੈ, ਜਾਂ ਇਹ ਡਾਊਨ, ਬਿਮਾਰੀ ਡਾਊਨ ਨਹੀਂ ਜਾਂਦੀ ਹੈ, ਇਹ ਬਹੁਤ ਜ਼ਿਆਦਾ ਵੱਡਾ ਡਿਜ਼ਾਸਟਰ ਹੋਏਗਾ। ਬਿਊਰੋ ਰਿਪੋਰਟ, ਵਾਇਸ ਆਫ ਪੰਜਾਬ।